ਹੁਣ ਮੋਹਾਲੀ ਦਾ ਰੁਕ ਕਰਾਂਗੇ ਜਿੱਥੇ ਮੋਹਾਲੀ ਤੇ ਥਾਣਾ ਬਲੌਂਗੀ ਦੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਖਿਲਾਫ FIR ਦਰਜ ਕਰਵਾਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਨਸਪੈਕਟਰ PS ਗਰੇਵਾਲ ਨੇ ਦੱਸਿਆ ਕਿ ਅੰਕੁਰ ਜੋ ਬੜਮਾਚਰਾ ਪਿੰਡ ਵਾਸੀ ਹੈ, ਮਲੋਆ ਨਿਵਾਸੀ, ਇੱਕ ਕੁੜੀ ਦੇ ਨਾਲ 2014 ਦੇ ਵਿੱਚ ਉਸਦਾ ਵਿਆਹ ਹੋਇਆ ਸੀ, ਜੋ ਕਿ ਵਿਆਹ ਤੋਂ ਕੁਝ ਮਹੀਨੇ ਇਕੱਠੇ ਰਹੇ ਲੇਕਿਨ ਉਸ ਤੋਂ ਬਾਅਦ ਅਲੱਗ ਹੋ ਗਏ। ਇਸ ਪਤੀ ਪਤਨੀ ਤੇ ਆਪਣੇ ਪਤੀ ਨੇ ਪਤਨੀ ਤੇ ਆਪਣੇ ਪਤੀ ਦਾ ਸੋਸ਼ਲ ਮੀਡੀਆ ਫੇਕ ਅਕਾਊਂਟ ਬਣਾ ਕੇ ਉਸਦੇ ਦੋਸਤਾਂ ਨੂੰ ਫਰੈਂਡ ਰਿਕੁਐਸਟਾਂ ਭੇਜਣ ਦੇ ਇਲਜ਼ਾਮ ਲਗਾਏ ਨੇ। ਜਦੋਂ ਇਸ ਸੰਬੰਧੀ ਉਸਦੇ ਪਤੀ ਅੰਕੁਰ ਨੂੰ ਪਤਾ ਚੱਲਿਆ ਤਾਂ ਉਸਦੇ ਵੱਲੋਂ ਅਦਾਲਤ ਦੇ ਵਿੱਚ ਸ਼ਿਕਾਇਤ ਪਾਈ ਗਈ ਤੇ ਅਦਾਲਤ ਦੇ ਵੱਲੋਂ ਥਾਣਾ ਸਾਈਬਰ ਕ੍ਰਾਈਮ ਮੋਹਾਲੀ ਨੂੰ ਸ਼ਿਕਾਇਤ ਦੀ ਤਫਤੀਸ਼ ਕਰਕੇ ਮੁਕੱਦਮਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਕਾਰਵਾਈ ਕਰਦੇ ਹੋਏ ਥਾਣਾ ਬਲੌਂਗੀ ਪੁਲਿਸ ਦੇ ਵੱਲੋਂ ਸਾਈਬਰ ਐਕਟ ਦੀਆਂ ਧਾਰਾਵਾਂ ਦੇ ਤਹਿਤ ਅੰਕੁਰ ਦੀ ਪਤਨੀ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ। ਅੱਜ ਕੱਲ੍ਹ ਦੇ ਅਤਿ ਆਧੁਨਿਕ ਯੁੱਗ ਵਿੱਚ ਜਿੱਥੇ ਇੰਟਰਨੈਟ ਦੇ ਨਾਲ ਕਈ ਲੋਕਾਂ ਦੀ ਜਿਹੜੀ ਸਮੱਸਿਆਵਾਂ ਨੇ ਉਹ ਹੱਲ ਹੋ ਰਹੀਆਂ ਨੇ, ਲੇਕਿਨ ਦੂਸਰੇ ਪਾਸੇ ਜੇਕਰ ਦੇਖਿਆ ਜਾਏ ਤਾਂ ਇੰਟਰਨੈਟ ਦੇ ਨਾਲ ਕੁਝ ਨੁਕਸਾਨ ਵੀ ਨੇ। ਇਸੇ ਤਰੀਕੇ ਦਾ ਮਾਮਲਾ ਇੱਕ ਥਾਣਾ ਬਲੌਂਗੀ ਦੇ ਅੰਤਰਗਤ ਏਰੀਏ ਦੇ ਵਿੱਚੋਂ ਆਇਆ, ਜਿਸ ਵਿੱਚ ਇੱਕ ਪਤਨੀ ਵੱਲੋਂ ਹੀ ਆਪਣੇ ਪਤੀ ਦੀ ਸੋਸ਼ਲ ਮੀਡੀਆ 'ਤੇ ਫੇਕ ਆਈਡੀ ਬਣਾਏਗੀ ਅਤੇ ਉਸ ਨੂੰ ਲੈ ਕੇ ਮੋਹਾਲੀ ਥਾਣਾ SHO ਬਲੌਂਗੀ ਸਾਡੇ ਨਾਲ ਮੌਜੂਦ ਨੇ, ਦੱਸਣਗੇ ਪੂਰੀ ਘਟਨਾ ਮਸਲਾ ਹੈ ਕੀ। ਸਾਡਾ ਇਹ ਪੂਰਾ ਮਸਲਾ ਇਹਦੇ ਬਾਰੇ ਦੱਸੋ ਹੈ ਕੀ। ਬਿਲਕੁਲ ਜੀ, ਇੱਕ ਅੰਕੁਰ ਸ਼ਰਮਾ ਦੇ ਨਾਂ ਦੇ ਵਿਅਕਤੀ ਦਾ ਮੈਰਿਜ ਹੋਈ ਸੀਗੀ ਪ੍ਰੀਤੀ ਲੜਕੀ ਨਾਲ, ਡਾਟਰ ਆਫ ਕਮਲ ਕੁਮਾਰ, ਜੋ ਸਾਲ 2015 'ਚ ਮੈਰਿਜ ਹੋਈ ਸੀ। ਕੁਛ ਚਿਰ ਟਾਈਮ ਬਾਅਦ ਇਹਨਾਂ ਦਾ ਡਿਸਪਿਊਟ ਰਾਈਜ਼ ਹੋ ਗਿਆ ਦੋਵਾਂ ਦਾ, ਉਸ ਤੋਂ ਬਾਅਦ ਇਹ ਸੈਪਰੇਟ ਰਹਿਣ ਲੱਗ ਪਏ ਅਤੇ ਇਹਨਾਂ ਸੈਪਰੇਸ਼ਨ ਦਾ ਜੋ ਕੇਸ ਕੋਰਟ ਵਿੱਚ ਚੱਲ ਪਿਆ। ਤਾਂ ਪਿੱਛੇ ਜੇ ਅੰਕੁਰ ਨੇ ਕੰਪਲੇਂਟ ਪਾਈ ਸੀ ਇੱਕ ਸਾਈਬਰ ਸੈੱਲ ਦੇ ਵਿੱਚ, ਜਿਹਦੇ ਵਿੱਚ 2021 ਦੇ ਵਿੱਚ ਉਹਨੂੰ ਦੱਸਿਆ ਸੀ ਉਹਦੀ ਵਾਈਫ ਨੇ ਸੋਸ਼ਲ ਮੀਡੀਆ ਉੱਤੇ ਇੰਸਟਾਗ੍ਰਾਮ ਉੱਤੇ ਉਹਦਾ ਕੋਈ ਫੇਕ ਅਕਾਊਂਟ ਬਣਾ ਲਿਆ ਉਹਦੇ ਨਾਮ ਉੱਤੇ। ਅਤੇ ਜਿਹਦੀ ਕਿ ਇਨਕੁਆਇਰੀ ਕੰਪਲੀਟ ਹੋਣ ਤੋਂ ਬਾਅਦ ਕੋਰਟ ਵਿੱਚ ਵੀ ਇਹਦੇ ਵੱਲੋਂ ਦਰਖਾਸਤ ਦਿੱਤੀ ਗਈ ਸੀਗੀ, ਅਤੇ ਜੋ ਕੋਰਟ ਦੇ ਵਿੱਚ ਆਪਣਾ ਮਿਸ ਸੋਨਾਲੀ ਸਿੰਘ JMAC ਖਰੜਾ, ਉਹਨਾਂ ਵੱਲੋਂ ਹੁਕਮ ਜਾਰੀ ਕਰਕੇ 66C 66 DIT ਐਕਟ, 419, 465, 468, 469, 474 IPC ਦੇ ਤਹਿਤ ਮੁਕੱਦਮਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ, ਜਿਹਦੇ ਵਿੱਚ ਵੀ ਪਿੱਛੇ ਜੇ 181 ਨੰਬਰ ਮੁਕੱਦਮਾ ਸੀ ਦਰਜ ਥਾਣਾ ਬਲੌਂਗੀ ਵੱਲੋਂ ਕੀਤਾ ਗਿਆ। ਮੋਹਾਲੀ ਤੋਂ ਮਨੀਸ਼ ਸ਼ੰਕਰ, ਜ਼ੀ ਮੀਡੀਆ।